ਪੁਲਵਾਮਾ ਅਟੈਕ ਦੇ ਸਬੂਤ ਭਾਰਤ ਨੇ ਪਾਕਿਸਤਾਨ ਨੂੰ ਸੌਂਪ ਦਿੱਤੇ ਨੇ। ਇਸ ਅਟੈਕ ਵਿੱਚ ਜੈਸ਼ੇ ਮੁਹੰਮਦ ਦਾ ਹੱਥ ਹੈ, ਇਹ ਸਬੂਤ ਹੁਣ ਪਾਕਿਸਤਾਨ ਕੋਲ ਪਹੁੰਚ ਚੁੱਕੇ ਨੇ। ਭਾਰਤ ਵਿੱਚ ਪਾਕਿਸਤਾਨ ਦੇ ਹਾਈ ਡਿਪਟੀ ਕਮਿਸ਼ਨਰ ਨੂੰ ਇਹ ਸਬੂਤ ਸੌਂਪ ਦਿੱਤੇ ਨੇ ਤੇ ਨਾਲ ਇਹ ਵੀ ਕਿਹਾ ਕਿ ਭਾਰਤ ਦਾ ਇੱਕ ਪਾਇਲਟ ਪਾਕਿਸਤਾਨ ਦੇ ਕਬਜ਼ੇ 'ਚ ਹੈ ਜਿਸ ਨੂੰ ਸਹੀ ਸਲਾਮਤ ਭਾਰਤ ਭੇਜਿਆ ਜਾਵੇ, ਕਿਉਂਕਿ ਲਗਾਤਾਰ ਤਸਵੀਰਾਂ ਵਿੰਗ ਕਮਾਂਡਰ ਅਭਿਨੰਦਨ ਦੀਆਂ ਸਾਹਮਣੇ ਆ ਰਹੀਆਂ ਨੇ ਤੇ ਭਾਰਤ ਨੇ ਉਹਨਾਂ ਦੀ ਸਹੀ ਸਲਾਮਤ ਵਾਪਸੀ ਲਈ ਪਾਕਿਸਤਾਨ ਨੂੰ ਕਿਹਾ ਹੈ।